ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਅਸੀਂ ਖੜ੍ਹੇ ਹਾਂ ਬਰਨਾਲਾ ਦੇ ਧਨੌਲਾ ਕਸਬੇ ਦੇ ਵਿੱਚ ਰਜਵਾੜਾ ਢਾਬੇ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਇਸ ਢਾਬੇ ਦੇ ਉੱਤੇ ਬਿਲਕੁਲ ਇਸ ਟਾਈਮ ਸੁੰਨਸਾਨ ਹੈ। ਨੈਸ਼ਨਲ ਹਾਈਵੇ ਦੇ ਉੱਤੇ ਢਾਬੇ ਦੇ ਉੱਤੇ ਚੱਲ ਜਿਹੜਾ ਹੈ ਨੈਸ਼ਨਲ ਹਾਈਵੇ ਦੇ ਉੱਤੇ ਇਹ ਢਾਬਾ, ਇਸ ਟਾਈਮ ਇਹਦੀ ਪਾਰਕਿੰਗ ਦੇਖੀ ਜਾ ਸਕਦੀ ਹੈ, ਸੁੰਨਸਾਨ ਹੈ ਕਿਸੇ ਟਾਈਮ। ਇੱਥੇ ਜਿਹੜੀ ਹੈ ਕਰਫਿਊ ਤੋਂ ਪਹਿਲਾਂ 300 ਤੋਂ ਲੈ ਕੇ 500 ਤੱਕ ਰੋਜ਼ ਦੀ ਆਉਣ ਵਾਲੀ ਗੱਡੀ ਸੀਗੀ, ਹੁਣ ਇਹ ਸੁੰਨਸਾਨ ਹੈ, ਢਾਬਾ ਚੱਲ ਰਿਹਾ ਹੈਗਾ। ਇਸ ਢਾਬੇ ਦੇ ਉੱਤੇ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਨੂੰ ਜਾਣ ਵਾਲੇ ਲੋਕ ਰੁਕਦੇ ਸੀਗੇ। ਚੰਡੀਗੜ੍ਹ ਤੋਂ ਲੈ ਕੇ ਜਿਹੜੇ ਲੋਕ ਬਠਿੰਡਾ ਤੱਕ ਪਹੁੰਚਦੇ ਸੀਗੇ, ਉਹਨਾਂ ਦੀ ਮਨਪਸੰਦ ਸੀ ਇਹ ਢਾਬਾ ਇੱਥੇ ਰੁਕਣਾ, ਕਿਉਂਕਿ ਮੇਨ ਇਹੀ ਢਾਬਾ ਜਿਹੜਾ ਰਾਸਤੇ ਦੇ ਵਿੱਚ ਪੈਂਦਾ ਸੀਗਾ। ਇਸ ਟਾਈਮ ਇਹ ਸੁੰਨਸਾਨ ਹੈ ਕਿਉਂਕਿ ਇਸ ਨੂੰ ਸਿਰਫ ਇਹ ਜਿਹੜਾ ਕਰੋਨਾ ਵਾਇਰਸ ਤੋਂ ਬਾਅਦ ਕਰਫਿਊ ਹੈ ਉਹਦੀ ਮਾਰ ਪਈ ਹੈ। ਇੱਥੋਂ ਦੇ ਮਾਲਕਾਂ ਦੇ ਨਾਲ ਗੱਲ ਕਰਾਂਗੇ, ਕਿੰਨਾ ਉਹਨਾਂ ਨੂੰ ਨੁਕਸਾਨ ਹੋਇਆ, ਕਿੰਨੀ ਉਹਨਾਂ ਨੂੰ ਲੇਬਰ ਦਾ ਨੁਕਸਾਨ ਹੋ ਰਿਹਾ ਹੈਗਾ, ਇਹਦੇ ਬਾਰੇ ਜਾਣਾਂਗੇ ਕੀ ਨੁਕਸਾਨ ਉਹਨਾਂ ਨੂੰ ਹੋ ਰਿਹਾ, ਕੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆ ਰਹੀਆਂ। ਸੰਦੀਪ ਸਿੰਘ ਜੀ ਸਾਡੇ ਨਾਲ ਉਹਨਾਂ ਜਿਹੜੇ ਇੱਥੋਂ ਦੇ ਉਹਨਾਂ ਨੂੰ ਪੁੱਛਦੇ ਹਾਂ। ਸੰਦੀਪ ਸਿੰਘ ਜੀ, ਕੀ ਕਹੋਗੇ ਤੁਸੀਂ, ਕਿਸ ਤਰ੍ਹਾਂ ਇਹ ਸੁੰਨਸਾਨ ਪਿਆ ਹੈਗਾ, ਕੀ ਕਾਰਨ ਹੈ? ਬਸ ਕਰੋਨਾ ਵਾਇਰਸ ਕਰਕੇ ਜੀ, ਅਤੇ ਬਾਕੀ ਸਾਡੀ ਲੇਬਰ ਸਾਰੀ ਸਾਡੇ ਕੋਲ ਹੈ ਜੀ। ਹੁਣ ਇਸ ਟਾਈਮ ਉਹਦਾ ਖਰਚਾ ਸਾਨੂੰ ਸਾਰਾ ਆਪਣੇ ਕੋਲੋਂ ਦੇਣਾ ਪੈ ਰਿਹਾ ਹੈਗਾ, ਅਤੇ ਬਾਕੀ ਜਿਸ ਤਰ੍ਹਾਂ ਤੁਸੀਂ ਇਹ ਢਾਬਾ ਚੱਲਦਾ ਸੀ ਕਿ 24 ਘੰਟੇ ਚੱਲਦਾ ਸੀ? 24 ਘੰਟੇ ਸਰਵਿਸ ਸੀ। 24 ਘੰਟੇ ਦੇ ਵਿੱਚ ਲਗਭਗ ਕਿੰਨੇ ਕੁ ਮਤਲਬ ਤੁਹਾਡੇ ਕੋਲ ਜਿਸ ਤਰ੍ਹਾਂ ਲੋਕ ਰੁਕ ਜਾਂਦੇ ਸੀਗੇ? ਸਾਡੇ ਕੋਲ ਤਕਰੀਬਨ 300 ਤੋਂ 500 ਤੱਕ ਗੱਡੀ ਰੁਕਦੀ ਸੀ 24 ਘੰਟਿਆਂ ਦੇ ਵਿੱਚ, ਅਤੇ ਬਾਕੀ ਹੁਣ ਤਾਂ ਤੁਹਾਡੇ ਸਾਹਮਣੇ ਹੈ, ਸਾਰਾ ਕੁਛ ਖਾਲੀ ਹੈ। ਮਤਲਬ ਇਹ ਜਿੱਦੇ ਦਾ ਕਰਫਿਊ ਸਟਾਰਟ ਹੋਇਆ ਉਸ ਦਿਨ ਤੋਂ ਹੀ ਇਹ ਹਾਲਾਤ ਨੇ? ਹਾਂਜੀ, 22 ਤੋਂ। ਅਤੇ ਜੇ ਹੁਣ ਕੋਈ ਦਿਨ ਦੇ ਵਿੱਚ ਕੋਈ ਗੱਡੀ ਆ ਜਾਂਦੀ ਹੈ ਤਾਂ ਫਿਰ ਕੋਈ ਰੋਟੀ ਪਾਣੀ ਦਾ ਪ੍ਰਬੰਧ? ਨਹੀਂ, ਹੁਣ ਕੋਈ ਨਹੀਂ ਜੀ ਰੋਟੀ ਪਾਣੀ ਦਾ, ਹੁਣ ਤਾਂ ਬਿਲਕੁਲ ਹੀ ਬੰਦ ਹੈ। ਐਦਵਾ ਮਨੀਸ਼ ਜੀ ਨਾਲ ਗੱਲ ਕਰਦੇ ਹਾਂ। ਮਨੀਸ਼ ਜੀ, ਕੀ ਕਹਿੰਦੇ? ਮਨੀਸ਼ ਜੀ, ਜਿਸ ਤਰ੍ਹਾਂ ਜਿਹੜੀ ਲੇਬਰ ਹੈ, ਫਿਰ ਤੁਸੀਂ ਉਹਨੂੰ ਸੰਭਾਲ ਰਹੇ ਹੋ, ਕਿਵੇਂ ਉਹਦਾ ਜਿਹੜੇ ਖਰਚੇ ਆ ਤੁਸੀਂ ਪੂਰੇ ਕਰ ਰਹੇ ਹੋ? ਲੇਬਰ ਬੈਠੀ ਜੀ ਸਾਡੇ ਕੋਲ, ਜਿਵੇਂ ਹੁਣ ਖਰਚਾ ਸਾਡੇ ਕੋਲ ਪੈ ਰਿਹਾ ਜੀ, ਬਸ ਲੇਬਰ ਦਾ। ਜੋ ਵੀ ਰਾਸ਼ਨ ਪਾਣੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ, ਸਾਡੇ ਕੋਲ ਜਿੱਦਾਂ ਲੇਬਰ ਪਹਿਲਾਂ ਰਹਿੰਦੀ ਸੀ ਉਹਦੀ ਰਹਿ ਰਹੀ ਹੈ ਵਿਦਆਊਟ ਵਰਕ। ਕਰਫਿਊ ਤਾਂ ਇਹ ਫਿਰ ਲੰਬਾ ਵੀ ਚੱਲ ਸਕਦਾ, ਕੋਈ ਜਿਹੜਾ ਹੈ ਲੇਬਰ ਨੂੰ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਵੀ ਅਸੀਂ ਲੇਬਰ ਨੂੰ ਹਟਾ ਦਈਏ ਜਾਂ ਉਹਨਾਂ ਨੂੰ ਘਰ ਭੇਜ ਦਈਏ? ਲੇਬਰ ਸਾਡੇ ਕੋਲ ਐਕਚੁਅਲ 'ਚ ਬਾਹਰੋਂ ਹੈ ਜੀ, ਲੇਬਰ ਅਦਰ ਸਟੇਟਸ 'ਚ ਵਿੱਚੋਂ ਬੰਦੇ ਨੇ ਜੀ, ਉਹਦੇ ਕਾਰਨ ਟ੍ਰੇਨਾਂ ਬੰਦ ਨੇ ਜੀ, ਬੱਸਿਸ ਬੰਦ ਨੇ, ਉਹਨਾਂ ਨੂੰ ਜਾਣਾ ਮੁਸ਼ਕਿਲ ਹੈ ਫਿਲਹਾਲ, ਅਤੇ ਉਹ ਸਾਡੇ ਕੋਲ ਨੇ ਜੀ ਇਸ ਕਰਕੇ। ਕਿੱਥੋਂ ਕਿੱਥੋਂ ਦੇ ਲੋਕ ਤੁਹਾਡੇ ਕੋਲ ਇੱਥੇ ਢਾਬੇ ਦੇ ਉੱਤੇ ਜਿਹੜਾ ਹੈ ਰੂਟੀਨ ਦੇ ਵਿੱਚ ਰੁਕਦੇ ਸੀ ਨਾਲ, ਜਿਵੇਂ ਆਪਣੇ ਸਟੇਟਾਂ ਪੈਂਦੀਆਂ ਨੇ ਜਾਂ ਨੈਸ਼ਨਲ ਹਾਈਵੇ ਦੇ ਉੱਤੇ ਤੁਸੀਂ ਬੈਠੇ ਹੋਵੋਗੇ? ਤਕਰੀਬਨ ਨੇੜੇ ਨੇੜੇ ਦੀਆਂ ਜੋ ਸਟੇਟਾਂ ਆਪਣੇ ਨਾਲ ਲੱਗਦੀਆਂ ਨੇ ਜੀ, ਪੰਜਾਬ ਦੇ, ਹਰਿਆਣੇ 'ਚੋਂ ਵੀ, ਪੰਜਾਬ 'ਚੋਂ ਵੀ ਜੀ, ਅਤੇ ਹਿਮਾਚਲ 'ਚੋਂ ਵੀ ਲੋਕ ਆਉਂਦੇ ਸੀ ਵਿਜਿਟ ਕਰਦੇ ਸੀ, ਰਾਜਸਥਾਨ 'ਚੋਂ ਵੀ ਲੋਕ ਵਿਜਿਟ ਕਰਦੇ ਸੀ ਜੀ, ਰੋਡ ਦੇ ਉੱਪਰ ਜੋ ਕਸਟਮਰ ਚੱਲਦਾ ਸੀ ਰੂਟੀਨ ਚੱਲਦਾ ਸੀ। ਕੀ ਖਾਸੀਅਤ ਸੀ ਵੀ ਜਿਹੜਾ ਹੈ ਵੀ ਲੋਕ ਇੱਥੇ ਆ ਕੇ ਹੀ ਰੁਕਦੇ ਸੀ, ਕੀ ਖਾਸੀਅਤ ਹੈ ਤੁਹਾਡੇ ਢਾਬੇ ਦੀ? ਸਪੈਸ਼ਲਿਟੀ ਹੈ ਜੀ, ਸਾਰੇ ਆਪਣਾ ਖਾਣੇ ਦੀ ਸਪੈਸ਼ਲਿਟੀ ਹੈ ਜੀ, ਆਪਣੀ ਸਾਫ਼ ਸਫਾਈ ਬਹੁਤ ਵਧੀਆ ਜੀ ਸਾਡੀ, ਅਤੇ ਬਾਕੀ ਲੋਕਾਂ ਨੂੰ ਅੱਛਾ ਲੱਗਦਾ ਸੀ ਸਾਡੇ ਕੋਲ ਆਉਣਾ ਜੀ, ਇਸ ਕਰਕੇ। ਕਿੰਨਾ ਕੁ ਲਗਭਗ ਆਪਾਂ ਮੰਨ ਲਈਏ ਵੀ ਰੋਜ਼ ਦਾ ਨੁਕਸਾਨ ਹੋ ਰਿਹਾ? ਰੋਜ਼ ਦਾ ਨੁਕਸਾਨ ਤਾਂ ਜੀ ਲੇਬਰ ਦਾ, ਜੋ ਲੇਬਰ ਨੂੰ ਲੇਬਰ ਦੇਣੀ ਹੈ ਜੀ, ਹੁਣ ਉਸਦਾ ਨੁਕਸਾਨ ਤਾਂ ਫਿਲਹਾਲ ਹੈ ਹੀ ਜੀ। ਜਿਸ ਤਰ੍ਹਾਂ ਤੁਹਾਨੂੰ ਕੁਛ ਪਰਮਾਨੈਂਟ ਖਰਚੇ ਵੀ ਹੋਣਗੇ, ਕੁਛ ਟੈਕਸ ਦੇ ਖਰਚੇ ਵੀ ਹੋਰ ਵੀ ਨੇ, ਤੁਸੀਂ ਕੀ ਸਰਕਾਰ ਤੋਂ ਕੀ ਚਾਹੁੰਦੇ ਹੋ ਫਿਰ? ਸਰਕਾਰ ਤੋਂ ਇਹੀ ਮੰਗ ਕਰਨਾ ਚਾਹੁੰਦੇ ਜੀ ਵੀ ਆਪਣਾ ਜੋ ਵੀ ਖਰਚੇ ਪੈ ਰਹੇ ਨੇ ਜੀ 2-3 ਮਹੀਨੇ ਦਾ, ਜੋ ਵੀ ਜਿਵੇਂ ਸਿਸਟਮ ਚੱਲੂਗਾ ਜੀ, ਉਸਨੂੰ ਵੀ ਉਹ ਕੀਤਾ ਜਾਵੇ। ਕੋਈ ਇਨਕਮ ਟੈਕਸ ਤੋਂ ਛੋਟ ਜਾਂ GST ਤੋਂ ਛੋਟ, ਕਿਸ ਤਰ੍ਹਾਂ ਦੀਆਂ ਛੋਟ ਚਾਹੁੰਦੇ ਤੁਸੀਂ? ਬਸ ਇਹੀ ਹੈ ਜੀ, ਬਸ ਜਿਵੇਂ ਗੌਰਮੈਂਟ ਜੋ ਵੀ ਰਿਲੈਕਸੇਸ਼ਨ ਵੱਧ ਤੋਂ ਵੱਧ ਦੇ ਸਕਦੀ ਹੈ ਜੀ, ਉਹ ਦੇਵੇ ਸਾਰੇ ਨੂੰ, ਸਹੀ ਹੈ ਸਾਰਿਆਂ ਲਈ। ਤੁਸੀਂ ਉਹਨਾਂ ਦੇ ਜਿਹੜਾ ਹੈ ਕਿਵੇਂ ਸਾਫ਼ ਸਫਾਈ ਦਾ ਜਾਂ ਉਹਨਾਂ ਨੂੰ ਮਾਸਕ ਵਗੈਰਾ ਦੇਣ ਦਾ ਪੂਰੇ ਪ੍ਰਬੰਧ ਕਰ ਰਹੇ ਹੋ? ਹਾਂਜੀ ਹਾਂ, ਟੋਟਲ ਲੇਬਰ ਕੋਲ ਸਾਡੇ ਕੋਲ ਮਾਸਕ ਹੈ ਜੀ, ਸੈਨੇਟਾਈਜ਼ਰ ਯੂਜ਼ ਕਰ ਰਿਹਾ, ਗਲਵਜ਼ ਹੈਗੇ ਜੀ ਉਹਨਾਂ ਕੋਲ, ਜੋ ਆਪਦਾ ਯੂਜ਼ ਕਰ ਰਹੇ ਹੈ, ਮਾਸਕ ਵਗੈਰਾ ਸਭ ਦੇ ਪਹਿਨੇ ਹੋਏ। ਤੁਸੀਂ ਦੇਖ ਸਕਦੇ ਹੋਗੇ ਵੀ ਇਸ ਕਰਫਿਊ ਦੀ ਮਾਰ ਜਿਹੜੀ ਹੈ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਇਹਨਾਂ ਦੇ ਢਾਬਿਆਂ ਦੇ ਉੱਤੇ ਵੀ ਪਈ ਹੈ। ਜਿਹੜੇ ਢਾਬਿਆਂ ਦੇ ਉੱਤੇ ਲਾਈਨਾਂ ਲੱਗਦੀਆਂ ਸੀ ਉਹ ਸੁੰਨਸਾਨ ਹੈ, ਕਮਾਈ ਤਾਂ ਬੰਦ ਹੋਈ, ਜਿਹੜੀ ਲੇਬਰ ਕੋਲ ਬੈਠੀ ਹੈ ਉਹਦੇ ਖਰਚੇ ਵੀ ਇਹ ਪੱਲਿਓਂ ਦੇ ਰਹੇ ਨੇਗੇ। ਕਿੰਨੇ ਦਿਨ ਤੱਕ ਇਹ ਖਰਚੇ ਦੇਣੇ ਪੈਣਗੇ ਇਹਦਾ ਵੀ ਹਜੇ ਇਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈਗਾ। ਇਹ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾਵੇ। ਬਾਲਕ੍ਰਿਸ਼ਨ ਗੋਇਲ, ਡੇਲੀ ਪੋਸਟ, ਬਰਨਾਲਾ। ਸਤਿ ਸ਼੍ਰੀ ਅਕਾਲ।
जे तुसी कैनेडा स्टूडेंट वीजे ते जाना चाहते हो पर आयल्स विच ओवरऑल तो 6 आ गए, एक विच 5.5 बैंड करके डरते हो, जां कैनेडा दा स्टूडेंट वीजा रिफ्यूज़ करवा बैठे हो, या स्टडी गैप ज़्यादा होने करके सोचते हो कि कितने रिफ्यूजल ना आ जाए, तो अज ही पिरामिड ई सर्विसिज़ नूं मिलो और कैनेडा जाने अपने सुपने नूं साकार करो।